ਮੁਕਾਉਣਾ ਤੇ ਰਾਘਵ ਕਹਿੰਦੇ ਚੱਕਰ ਜਿਹੜਾ ਤੁਸੀਂ ਕੱਲ ਪਾਤਰਾ ਦਰਦ ਕੈਂਸਰ ਕਰਿਆ ਉਹ ਅਸੀਂ ਤੁਹਾਡੇ ਵਾਂਗੂ ਮਾਫ਼ੀ ਮੰਗ ਕੇ ਨੀ ਅਸੀਂ ਕੋਈ ਪਾਤਰਾ ਕੈਂਸਰ ਕਰਾਇਆ ਤੁਸੀਂ ਬਾਦਲ ਤੋਂ ਮਾਫ਼ੀ ਮੰਗਣੀ ਹੋਣੀ ਹੈ ਅਸੀਂ ਤੁਹਾਡੇ ਤੋਂ ਮਾਫ਼ੀ ਨੀ ਮੰਗੀ ਆਹ ਸਾਡੇ ਲੋਕਾਂ ਦੇ ਆਹ ਸਾਡੇ ਲੋਕਾਂ ਦੇ ਏਕਤਾ ਦੇ ਨਾਲ ਲੋਕਾਂ ਦੀ ਪਾਵਰ ਦੇ ਨਾਲ ਅਸੀਂ ਉਹ ਪਾਤਰਾ ਕੈਂਸਰ ਕਰਾਇਆ ਦਿੱਲੀ ਵਾਲਾ ਲਾਇਆ ਗੱਲ ਸੁਣ ਲੈ ਇੱਕ ਤੂੰ ਭਗਵਾਨ ਜਵਾਨ ਨੂੰ ਥੱਲੇ ਲਾ ਲਿਆ ਹੋਊਗਾ ਅਸੀਂ ਤੇਰੇ ਥੱਲੇ ਲੱਗਣ ਵਾਲੇ ਆਹ ਬੈਠਾ ਮੇਰਾ ਵੱਡਾ ਭਰਾ ਨੱਖਾ ਉਦਣ ਵੀ ਅਸੀਂ ਇੱਕ ਠੋਕ ਕੇ ਕਹਿ ਕੇ ਆ ਭਗਵਾਤਮਾ ਨੂੰ ਭਗਵਾਤਮਾ ਨਾ ਦਿੱਲੀ ਵਾਲੇ ਥੱਲੇ ਨਾ ਲੱਗ ਇਸ ਕਰਕੇ ਨਾ ਦਿੱਲੀ ਵਾਲੇ ਥੱਲੇ ਲੱਗਿਆ ਨਾ ਲੱਗਣਾ ਹੁਣ ਇੱਥੇ ਦਿੱਲੀ ਵਾਲੇ ਸਾਡੇ ਭਰਾ ਪੱਤਰਕਾਰ ਕਹਿੰਦੇ ਸੀਗੇ ਕਿ ਕਹਿੰਦੇ ਭਗਵਾਤਮਾ ਤੇ ਲੱਖਾਂ ਪਹਿਲਾਂ ਇਕੱਠੇ ਰਹਿੰਦੇ ਰਹੇ ਨੇ ਪਾਰਟੀ ਦੇ ਵਿੱਚ ਮੈਂ ਉਹਨਾਂ ਨੂੰ ਦੱਸਿਆ ਕਹਿੰਦੇ ਫਰਕ ਕੀ ਆ ਮੈਂ ਫਰਕ ਇਹ ਦਿੱਲੀ ਵਾਲੇ ਥੱਲੇ ਲੱਗ ਗਿਆ ਸਾਡਾ ਲੱਖਾਂ ਦਿੱਲੀ ਥੱਲੇ ਹੀ ਲੱਗਿਆ ਆਹ ਫਿਰਦਾ ਬੱਬਰ ਸਿਰ ਆਹੀ ਮਹਾਰਾਜ ਜੀ ਧਰਤੀ ਤੋਂ ਮੋਦੀ ਨੂੰ ਲੜਕਾ ਮਾਰੀ ਸੀ ਮੋਦੀ ਆਹ ਪਤਾ ਸਾਡਾ ਲੱਖਾ ਜੇ ਤੇਰੇ ਤੇ ਹਮਦਾ ਦਾ ਫਰਕ ਦਿਖਾ ਅੱਜ ਉਹੀ ਲੜਕਾਰ ਰਾਘਵ ਚੱਡੇ ਨੂੰ ਕਹਿਣਾ ਕਿਉਂਕਿ ਭਗਵਾਨ ਮਾਨ ਦਾ ਗੱਲ ਕਰਦਾ ਹਾਕੀ ਨੀ ਮੰਨਦਾ ਉਹਦੇ ਕੋਲ ਤਾਂ ਕੋਈ ਪਾਵਰ ਹੀ ਨਹੀਂ ਹੈਗੀ ਇਹੀ ਗੱਲ ਅੱਜ ਦਿੱਲੀ ਵਾਲੇ ਕੇਜਰੀਵਾਲ ਨੂੰ ਕਹਿਣਾ ਸਾਡਾ ਲੱਖਾ ਆਉਣ ਵਾਲੇ ਦਿਨਾਂ ਦੇ ਵਿੱਚ ਤੇਰੇ ਐਵੀਂ ਗੱਲ ਦੀ ਹੱਡੀ ਬਣ ਕੇ ਰਹੂਗਾ ਤੇਰੀ ਹਿੰਮਤ ਆ ਤਾਂ ਤੂੰ ਉਹਨੂੰ ਜੇਲ੍ਹ ਦੇ ਵਿੱਚ ਡੱਕ ਕੇ ਦਿਖਾਏ ਅਸੀਂ ਬਾਹਰ ਕਢਾਉਣ ਵਾਲੇ ਆ ਅਸੀਂ ਲੱਖੇ ਦੇ ਮੂਹਰੇ ਆ ਕੇ ਫੜਨ ਵਾਲੇ ਆ ਸਾਡਾ ਲੱਖਾ ਅੱਜ ਤੋਂ ਇਤਰੇ ਗੱਲ ਦੀ ਹੱਡੀ ਬਣੂਗਾ ਤੁਹਾਡਾ ਸਾਰਾ ਨਾਮ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਜਿੰਨੇ ਵੀ ਨੌਜਵਾਨ ਜਿੰਨੇ ਵੀ ਇੱਥੇ ਸਾਡੇ ਤੁਸੀਂ ਪਹੁੰਚੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਸਾਡੇ ਚਾਚਾ ਜੀ ਰਕੌਰ ਸਿੰਘ ਦਾ ਜਿਹੜੇ ਕਿ ਆਪਦੇ ਅੱਜ ਬੜਾ ਕੀਮਤੀ ਸਮੇਂ ਦੇ ਵਿੱਚੋਂ ਸਿਹਤ ਖਰਾਬ ਹੁੰਦੇ ਹੋਏ ਵੀ ਅੱਜ ਇੱਥੇ ਪਹੁੰਚਣ ਵਾਲਾ ਵੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜਕਾਰਾ ਸਦੂਗਾ ਜਕਾਰਾ ਥੋੜਾ ਕੇਜਰੀਵਾਲ ਨੂੰ ਪਤਾ ਲੱਗਣਾ ਚਾਹੀਦਾ ਤੇ ਉਹ ਰਾਘਵ ਚੱਡੇ ਨੂੰ ਪਤਾ ਲੱਗਣਾ ਚਾਹੀਦਾ ਜਿਹੜਾ ਉੱਥੇ ਸਾਡੀ 50 ਨੰਬਰ ਕੋਠੀ ਦੇ ਵਿੱਚ ਸਾਡੇ ਪੰਜ ਪੰਜ ਸੱਤ ਸੱਤ ਕਾਰਡ ਦਾ ਲਈ ਬੈਠਿਆ ਕਿ ਕਿਵੇਂ ਅਸੀਂ ਪੰਜਾਬ ਦੇ ਨੌਜਵਾਨ ਕਿਵੇਂ ਅਸੀਂ ਸਾਰੇ ਲੱਖੇ ਨਾਲ ਡੱਟ ਕੇ ਖੜੇ ਹਾਂ ਬੋਲੇ ਮੀਡੀਆ ਨੇ ਬੇਨਤੀ ਆ ਮੀਡੀਆ ਨੇ ਅੱਜ ਜ਼ਰੂਰ ਗੱਲ ਪਹੁੰਚਾ ਕੇ ਸਾਰੇ ਖੜੇ ਹਾਂ ਡੱਟ ਕੇ ਸੀ ਜੇ ਸਭ ਦੇ ਝੂਠੇ ਪਰਚੇ ਪਾਓਗੇ ਐਵੇਂ ਤੁਹਾਡਾ ਡੱਟ ਕੇ ਨਿਰਣਾ ਮੁਕਾਬਲਾ ਕਰਾਂਗੇ ਧੰਨਵਾਦ ਜੀ ਸਾਰਿਆਂ ਦਾ ਅਗਲੇ ਬੁਲਾਰੇ